ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਪੰਜਾਬ ਬੰਦ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਸਿੱਖ ਸੰਗਠਨਾਂ ਨਾਲ ਜੁੜੇ ਲੋਕਾਂ ਨੇ ਜਲੰਧਰ ਤੇ ਪਟਿਆਲਾ 'ਚ ਜੰਮ ਕੇ ਹੰਗਾਮਾ ਕੀਤਾ। ਪਟਿਆਲਾ 'ਚ ਸਿੱਖ ਸੰਗਠਨਾਂ ਨਾਲ ਜੁੜੇ ਲੋਕ ਪੁਲਿਸ ਨਾਲ ਭਿੜ ਗਏ ਤੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ, ਜਦਕਿ ਜਲੰਧਰ 'ਚ ਬੈਂਕ 'ਚ ਤੋੜਭੰਨ ਕੀਤੀ ਗਈ। ਕਈ ਥਾਵਾਂ ਤੇ ਸਿੱਖ ਸੰਗਠਨਾਂ ਨੇ ਜ਼ਬਰਦਸਤੀ ਬੰਦ ਕਰਵਾਇਆ। ਜਲੰਧਰ 'ਚ ਰੇਲ ਟਰੈਕ ਰੋਕਣ ਦੇ ਨਾਲ ਨਾਲ ਬਾਈਪਾਸ ਤੇ ਸਿੱਖ ਸੰਗਠਨਾਂ ਨੇ ਜਾਮ ਲਗਾ ਦਿੱਤਾ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਖੁਲਵਾਇਆ। नहीं जाए हो जी कोई गल नहीं जिथे पब्लिक नु कोई बहुत परेशानी आई होवे एंड बड़ा शांतमई तरीके नाल जिहड़ा हैगा चल रहा हैगा। असी राउंड ते आप ही हैगे कमिश्नर साहब दे नाल रूरल इलाकियां दे विच भी ते पीसफुल है पीसफुल है। हालांकि इस दौरान कोई भी जानी नुकसान नहीं होया, पर पटियाला च पुलिस नाल झड़प च कुछ लोकां नु मामूली चोट आई है। कुल मिलाके सिख संगठना वल्लों कीते गए बंद दा बुधवार नु व्यापक असर वेखण नु मिलिया।